ਡਾਕਟਰ ਵਰਿਆਮ ਸਿੰਘ ਸੰਧੂ ਦੀ ਕਹਾਣੀ ਜੇਬ ਕਤਰੀ ਉਹ ਤੁਰਿਆ ਜਾ ਰਿਹਾ ਸੀ ਦਿਲ ਦਿਮਾਗ ਦੇ ਹਨੇਰੇ ਚ ਗਵਾਚਾ ਗਵਾਚਾ ਸੋਚਾਂ ਚ ਗਮਸਮ ਲੱਤਾਂ ਜਿਵੇਂ ਧੜ ਨਾਲ ਰੁੱਸ ਪਈਆਂ ਸਨ ਉਹ ਤੁਰਨਾ ਨਹੀਂ ਸੀ ਚਾਹੁੰਦਾ ਬਿਲਕੁਲ ਇੰਜ ਜਿਵੇਂ ਕਿ ਉਹ ਜਿਉਣਾ ਵੀ ਨਹੀਂ ਸੀ ਚਾਹੁੰਦਾ ਪਰ ਕਿਉਂਕਿ ਉਹ ਨਾ ਚਾਹੁੰਦੇ ਆ ਵੀ ਜਿਉਂ ਰਿਹਾ ਸੀ ਇਸ ਲਈ ਨਾ ਚਾਹੁੰਦੇ ਆ ਵੀ ਤੁਰਿਆ ਜਾ ਰਿਹਾ ਸੀ ਕਸੀਟ ਦੇ ਕਦਮ ਜ਼ਿੰਦਗੀ ਦਾ ਹਰ ਦਿਨ ਉਹਨੂੰ ਨਵਾਂ ਕਸੀਟ ਦਾ ਲੜਖੜਾਉਂਦਾ ਕਦਮ ਲੱਗਾ ਤੇ ਕਿੰਨੇ ਲੋਕ ਉਸ ਵਾਂਗ ਅਜਿਹਾ ਜੀਵਨ ਬਤੀਤ ਕਰ ਰਹੇ ਸਨ ਜਿਹੜੇ ਹਰ ਨਵੇਂ ਦਿਨ ਦੇ ਰੱਤ ਉਤੇ ਆਪਣੀ ਮਰੀ ਹੋਈ ਜ਼ਿੰਦਗੀ ਦਾ ਕੋਈ ਨਾ ਕੋਈ ਅੰਗ ਧਰ ਕੇ ਹਨੇਰਿਆਂ ਦੀ ਵਾਦੀ ਵੱਲ ਤੋਰ ਰਹੇ ਸਨ ਉਹ ਜਿਸ ਕਵੀ ਦੋਸਤ ਕੋਲ ਮਦਦ ਲੈਣ ਜਾ ਰਿਹਾ ਸੀ ਉਹਦੀ ਆਰਥਿਕ ਹਾਲਤ ਬਾਰੇ ਸੋਚ ਕੇ ਉਸ ਆਪਣੇ ਆਪ ਨੂੰ ਝਾੜ ਪਾਈ ਉਹ ਵਿਚਾਰਾ ਕਵੀ ਉਹਦੀ ਕੀ ਮਦਦ ਕਰ ਸਕਦਾ ਸੀ ਜਿਹੜਾ ਕਈ ਮਹੀਨਿਆਂ ਤੋਂ ਨਜ਼ਰ ਦੀ ਨਵੀਂ ਐਨਕ ਨਹੀਂ ਸੀ ਖਰੀਦ ਸਕਿਆ ਪਰ ਉਹਦੀ ਆਪਣੀ ਪਤਨੀ ਉਹਨੂੰ ਰਾਤ ਦਾ ਸੌਣ ਨਹੀਂ ਸੀ ਦੇ ਰਹੀ ਕਹਿੰਦੀ ਸੀ 5 ਰੁਪਏ ਘਰ ਹਨ ਤੇ ਕੁਝ ਰੁਪਏ ਹੋਰ ਫੜ ਕੇ ਉਹਦੇ ਨਹੀਂ ਸਗੋਂ ਛੋਟੇ ਦੋਵਾਂ ਬੱਚਿਆਂ ਦੇ ਪਾਟੇ ਕੱਪੜੇ ਬਣਵਾ ਲੈ ਜਾਣ ਕਿਉਂਕਿ ਉਹ ਅਗਲੇ ਰੇ ਭਲਕ ਆਪਣੇ ਪੇਕੇ ਵਿਆਹ ਤੇ ਜਾਣਾ ਚਾਹੁੰਦੀ ਸੀ ਕਈ ਸਾਲਾਂ ਪਿੱਛੋਂ ਪੇਕੇ ਜਾਣ ਲਈ ਤਿਆਰ ਹੋਈ ਸੀ ਜਦੋਂ ਦਾ ਉਹਨਾਂ ਦੋਹਾਂ ਘਰਦਿਆਂ ਤੋਂ ਬਾਗੀ ਹੋ ਕੇ ਪ੍ਰੇਮ ਵਿਆਹ ਕੀਤਾ ਸੀ ਉਦੋਂ ਤੋਂ ਉਹਦੀ ਪਤਨੀ ਦੇ ਮਾਪੇ ਉਹਨਾਂ ਨਾਲ ਵਰਤਨੋਂ ਹਟ ਗਏ ਸਨ ਪਰ ਸੱਤ ਅੱਠ ਸਾਲ ਪਿਛੋਂ ਹੁਣ ਜਦੋਂ ਉਹਦੀ ਪਤਨੀ ਦੇ ਛੋਟੇ ਭਰਾ ਦਾ ਵਿਆਹ ਹੋ ਰਿਹਾ ਸੀ ਤਾਂ ਉਹਦੀ ਪਤਨੀ ਦੀ ਮਾਂ ਉਚੇਚੀ ਉਹਨਾਂ ਕੋਲ ਆਈ ਸੀ ਤੇ ਧੀ ਤੇ ਮਾਂ ਕਿੰਨਾ ਚਿਰ ਮਿਲ ਕੇ ਰੋਂਦੀਆਂ ਰਹੀਆਂ ਸਨ ਮਾਪਿਆਂ ਤੋਂ ਅੰਦਰ ਤੋੜ ਕੇ ਛੁੱਟੀ ਹੋਈ ਜਰੀ ਨਹੀਂ ਸੀ ਗਈ ਤੇ ਉਹ ਦੋਹਾਂ ਜੀਆਂ ਨੂੰ ਬੱਚਿਆਂ ਸਮੇਤ ਵਿਆਹ ਉੱਤੇ ਆਉਣ ਦੀ ਪੱਕੀ ਕਰਕੇ ਗਈ ਸੀ ਅਗਲੇਰੇ ਪਲਕ ਵਿਆਹ ਸੀ ਪਰ ਘਰ ਤਾਂ ਕਦੇ ਦੋ ਵੇਲੇ ਦੀ ਰੋਟੀ ਨਹੀਂ ਸੀ ਚੰਗੇ ਤਰ੍ਹਾਂ ਬਣੀ ਤੇ ਵਿਆਹ ਲਈ ਤਾਂ ਕੋਲ ਪੈਸੇ ਚਾਹੀਦੇ ਸੀ ਅਜੀਬ ਸਮੱਸਿਆ ਸੀ ਪੈਸੇ ਦੀ ਸਮੱਸਿਆ ਰੋਟੀ ਦੀ ਸਮੱਸਿਆ ਤੇ ਸਮੱਸਿਆ ਨੇ ਉਹਨਾਂ ਦੀ ਜ਼ਿੰਦਗੀ ਮੱਸਿਆ ਦੀ ਰਾਤ ਬਣਾਈ ਹੋਈ ਸੀ ਰਾਤੀ ਜਦੋਂ ਬਾਹਰੋਂ ਆ ਕੇ ਰੋਟੀ ਖਾ ਕੇ ਉਸੇ ਵੇਲੇ ਸੌਣ ਲਈ लेट ਗਿਆ ਤਾਂ ਉਹਦੀ ਪਤਨੀ ਉਹਦੀ ਪਵਾਉਂਦੀ ਆ ਬੈਠੀ ਮੈਂ ਕਿਹਾ ਆਉਂਦੇ ਸੌਂ ਜਾਂਦੇ ਹਾਂ ਨਾ ਕਿ ਦੁੱਖ ਦੀ ਨਾ ਸੁੱਖ ਦੀ ਉਸ ਪਤੀ ਦੀ ਲੱਤ ਹਲਾਈ ਉਹ ਸਿੱਧਾ ਹੋ ਕੇ ਬੈਠ ਗਿਆ ਪਤਨੀ ਦੇ ਚਿਹਰੇ ਵੱਲ ਵੇਖ ਕੇ ਉਹ ਮੁਸਕਰਾਉਣਾ ਚਾਹੁੰਦਾ ਸੀ ਪ੍ਰਕਾਸ਼ ਕੋਈ ਚੌਂਣ ਤੇ ਮੁਸਕਰਾ ਸਕਦਾ ਹੋਵੇ ਵੇਖੋ ਨਾ ਕਿਵੇਂ ਵੇਖਦੇ ਪਏ ਆ ਉਦੋਂ ਇਸ ਕੰਮ ਲਈ ਵਿਆਹ ਕਰਵਾਇਆ ਸੀ ਕਿ ਇਹਦੀਆਂ ਇਹਦੀ ਤੰਗੀਆਂ ਚ ਜ਼ਿੰਦਗੀ ਰੋਲਾਂਗਾ ਉਹ ਐਵੇਂ ਫਿਸ ਪਈ ਚੁੰਨੀ ਨਾਲ ਅੱਖਾਂ ਪੂੰਝਦਿਆਂ ਡੁੱਸਕਣ ਲੱਗੀ ਰੋਂਦੀ ਕਿਉਂ ਹੈ ਸਾਡੀ ਚੁੱਪ ਕੋਈ ਰੋਣ ਤੋਂ ਘੱਟ ਤਾਂ ਨਹੀਂ ਤਾਂ ਆ ਕੇ ਆਉਂਦੀਆਂ ਹੀ ਸੌ ਜਾਂਦੇ ਹੋ ਤੂੰ ਸ਼ੁਕਰਕਰ ਮੈਂ ਸੌ ਕੇ ਉੱਠ ਤੇ ਪੈਣਾ ਕਿ ਤੇ ਸੁੱਤਾ-ਸੁੱਤਾ ਹੀ ਰਹਿ ਜਾਵਾਂ ਤੇ ਉੱਚੀ ਸਾਰੀ ਹੱਸਿਆ ਪਰ ਉਹਨੂੰ ਆਪਣੇ ਹਾਸੇ ਵਿੱਚੋਂ ਵੀ ਰੋਣ ਦੀ ਆਵਾਜ਼ ਸੁਣਾਈ ਦਿੱਤੀ ਉਹ ਕੰਬ ਗਿਆ ਉਹਦਾ ਜੀ ਕੀਤਾ ਪਤਨੀ ਨੂੰ ਕਹੇ ਵਿਆਹ ਉਹਦੀ ਜ਼ਿੰਦਗੀ ਰੋਲਣ ਲਈ ਤਨੀ ਸੀ ਕੀਤਾ ਦੋ ਪਾਸੇ ਜ਼ਿੰਦਗੀ ਮਹਿਕਾਉਣ ਲਈ ਕੀਤਾ ਸੀ ਪਰ ਜਦੋਂ ਚੁਫੇਰੇ ਦਾ ਨਿਜ਼ਾਮ ਕਾਲਖਾਂ ਤੇ ਚਿੱਕੜ ਦੀਆਂ ਬਦਬੂਆਂ ਨਾਲ ਭਰਿਆ ਪਿਆ ਹੋਵੇ ਉੱਥੇ ਮਹਿਕ ਦੀ ਆਸ ਮੂਰਖਤਾ ਹੀ ਹੋ ਸਕਦੀ ਹੈ ਅਜਈ ਮਹਿਕ ਜਿਹਦੀ ਉਹਨਾਂ ਆਸ ਕੀਤੀ ਸੀ ਗੱਲ ਦਾ ਰੁਖ ਸੁਖਾਵੇਂ ਮਾਹੌਲ ਵੱਲ ਮੋੜਨ ਲਈ ਉਹ ਪਤਨੀ ਨੂੰ ਕਹਿਣ ਲੱਗਾ ਤੂੰ ਵੀ ਤਾਂ ਹੁਣ ਉਹ ਪ੍ਰੇਮਿਕਾ ਨਹੀਂ ਰਹੀ ਉਹਨੇ ਮੈਨੂੰ ਖਿੱਚ ਕੇ ਨਾਲ ਲਾਇਆ ਤੇ ਉਹਦੀਆਂ ਵੱਖੀਆਂ ਕੁਤਕੁਤਾਰੀਆਂ ਕਿਉਂ ਵਿਆਹ ਤੋਂ ਪਹਿਲਾਂ ਜਦੋਂ ਤੂੰ ਮੈਨੂੰ ਮਿਲਣ ਮੇਰੇ ਕਮਰੇ ਚ ਆਉਣਾ ਮੈਂ ਤੇਰੇ ਖਾਣ ਪੀਣ ਲਈ ਪ੍ਰਬੰਧ ਕਰਨ ਲਈ ਉੱਠਣਾ ਤਾਂ ਤੂੰ ਕਹਿਣਾ ਅੱਗ ਲਾਓ ਖਾਣ ਪੀਣ ਨੂੰ ਘੜੀ ਬੈਠੋ ਪਿਆਰ ਦੀਆਂ ਦੋ ਗੱਲਾਂ ਕਰੋ ਖਾਣ ਪੀਣ ਵੀ ਕੋਈ ਚੀਜ਼ ਹੁੰਦੀ ਹੈ ਤੁਹਾਡੇ ਹੁੰਦੇ ਆ ਪਰ ਹੁਣ ਤੂੰ ਕਦੇ ਨਹੀਂ ਕਿਹਾ ਕਿ ਮੇਰੇ ਕੋਲ ਬੈਠੋ ਤੇ ਇਹ ਭੁੱਲ ਜਾਓ ਕਿ ਘਰ ਚਾਟਾ ਮੁੱਕਿਆ ਹੋਇਆ ਹੈ ਕਿ ਛੋਟੀ ਕੁੜੀ ਦੀ ਵਰਦੀ ਨਾ ਬਣਾ ਕੇ ਦਿਓ ਜ ਜਿਹਨੂੰ ਅਧਿਆਪਕਾ ਹਰ ਰੋਜ਼ ਕੁੱਟਦੀ ਹੈ ਕਿ ਮਕਾਨ ਦਾ ਕਿਰਾਇਆ ਦੇਣ ਲਈ ਹਟਵਾਣੀਆਂ ਦਾ ਬਿੱਲ ਉਤਾਰਨ ਲਈ ਪੈਸੇ ਦਾ ਪ੍ਰਬੰਧ ਕਰਨ ਨਾ ਜਾਓ ਉਹ ਮੁਸਕਰਾਉਂਦਾ ਹੋਇਆ ਕਹਿੰਦਾ ਗਿਆ ਬਸ ਕਰੋ ਵੇਖੋ ਨਾ ਗੱਲਾਂ ਬੜੀਆਂ ਆਉਂਦੀਆਂ ਨੇ ਤੁਹਾਡੀਆਂ ਇਹੋ ਗੱਲਾਂ ਹੀ ਮੈਨੂੰ ਲੈ ਬੈਠੀਆਂ ਉਸ ਪਤੀ ਦੀ ਗੋਦ ਚ ਸਿਰ ਸੁੱਟ ਦਿੱਤਾ ਪਤੀ ਦੀਆਂ ਗੱਲਾਂ ਸੁਣ ਕੇ ਉਹ ਨਿਰੁੱਤਰ ਹੋ ਗਈ ਪਰ ਉਹਦੇ ਤੋਂ ਅੰਦਰ ਇੱਕ ਉੱਤਰ ਕਰਵਟ ਲੈੰਦਾ ਪਿਆ ਸੀ ਰੋਟੀ ਤੋਂ ਬਿਨਾ ਪਿਆਰ ਇੱਕ ਤੜਪ ਦੀ ਕਲਪਨਾ ਤੇ ਫਿਰ ਉਹ ਵਿਆਹ ਜਾਣ ਲਈ ਪੈਸੇ ਦਾ ਪ੍ਰਬੰਧ ਕਰਨ ਲਈ ਸੋਚਣ ਲੱਗੀ ਕਿਸੇ ਤੋਂ ਮਦਦ ਦੀ ਆਸ ਮੁਸ਼ਕਲ ਸੀ ਮਦਦ ਕਰਨ ਵਾਲੇ ਸਾਥੀ ਵੀ ਤਾਂ ਉਹਨਾਂ ਵਾਂਗ ਹੀ ਸਨ ਧੰਨ ਤੋਂ ਉਹਦੀ ਪਤਨੀ ਨੇ ਕਿਹਾ ਸੀ ਕਿ ਉਹ ਆਪਣੇ ਕਵੀ ਦੋਸਤ ਵੱਲ ਜਾਵੇ ਉਹ ਜ਼ਰੂਰ ਉਹਨਾਂ ਦੀ ਮਦਦ ਕਰੇਗਾ ਗਰੀਬ ਸੀ ਤਾਂ ਕੀ ਹੋਇਆ ਉਦੇ ਦਿਲ ਚ ਮੁਹੱਬਤ ਦਾ ਇੱਕ ਖਜ਼ਾਨਾ ਸੀ ਜਿਵੇਂ ਵੀ ਹੋ ਸਕਿਆ ਉਹਨਾਂ ਦੀ ਮਦਦ ਕਰੇਗਾ ਅੱਗੇ ਕਈ ਵਾਰ ਉਸ ਨੇ ਉਹਨਾਂ ਦੀਆਂ ਲੋੜਾਂ ਪੂਰੀਆਂ ਕੀਤੀਆਂ ਸਨ ਸਵੇਰੇ ਉੱਠਦੇ ਹੀ ਉਹ ਕਵੀ ਦੋਸਤ ਵੱਲ ਤੁਰ ਪਿਆ 5 ਰੁਪਏ ਜੋ ਘਰ ਚ ਸਨ ਉਹ ਵੀ ਉਹਨੇ ਜੇਬ ਚ ਪਾ ਲਏ ਉਹਦਾ ਵਿਚਾਰ ਸੀ ਜੇ ਉਧਰੋਂ ਕੋਈ ਪੈਸਾ ਮਿਲ ਗਿਆ ਤਾਂ ਕਪੜਾ ਖਰੀਦੀ ਲਿਆਏਗਾ ਤੇ ਹੁਣ ਉਹ ਤੁਰਿਆ ਜਾ ਰਿਹਾ ਸੀ ਕਵੀ ਦੋਸਤ ਨੂੰ ਉਹ ਕਈ ਦਿਨਾਂ ਤੋਂ ਨਹੀਂ ਸੀ ਮਿਲਿਆ ਅਜੋ ਉਸਵਲ ਜਾਂਦਾ ਉਹਦੇ ਬਾਰੇ ਸੋਚ ਰਿਹਾ ਸੀ ਹੁਣ ਉਹਦੇ ਦੋਸਤ ਦੀ ਕਵਿਤਾ ਦਾ ਰੰਗ ਡਾਡਾ ਬਦਲ ਗਿਆ ਸੀ ਤੇ ਇਸ ਤਬਦੀਲੀ ਬਾਰੇ ਸੋਚਦਿਆਂ ਉਹਨੂੰ ਚੇਤਾ ਆਇਆ ਕੁਝ ਸਾਲ ਪਹਿਲਾਂ ਉਹਦਾ ਦੋਸਤ ਰੇਡੀਓ ਤੇ ਕਵਿਤਾ ਬੋਲਦਾ ਹੁੰਦਾ ਸੀ ਜਿਨ੍ਹਾਂ 'ਚ ਦੇਸ਼ 'ਚ ਵਗਦੀਆਂ ਦੁੱਧ ਤੇ ਸ਼ਹਿਦ ਦੀਆਂ ਨਦੀਆਂ ਦੀਆਂ ਗੱਲਾਂ ਹੁੰਦੀਆਂ ਸਨ ਜਿਨ੍ਹਾਂ 'ਚ ਦੇਸ਼ ਦੇ ਕੋਨੇ-ਕੋਨੇ 'ਚ ਖਿੜੀਆਂ ਗੁਲਜ਼ਾਰਾਂ ਦੀ ਗੱਲ ਹੁੰਦੀ ਸੀ ਪਰ ਕਵਿਤਾ 'ਚ ਦੁੱਧ ਤੇ ਸ਼ਹਿਦ ਦੀਆਂ ਨਦੀਆਂ ਵਗਾਉਣ ਵਾਲੇ ਕਵੀ ਦੀਆਂ ਆਪਣੀਆਂ ਨਾੜਾਂ 'ਚ ਲਹੂ ਸੁੱਕਦਾ ਜਾ ਰਿਹਾ ਸੀ ਦੇਸ਼ ਚ ਖਿੜੀਆਂ ਬਹਾਰਾਂ ਤੇ ਗੁਲਜ਼ਾਰਾਂ ਦੀਆਂ ਬਾਤਾਂ ਪਾਉਣ ਵਾਲੇ ਕਵੀ ਦੇ ਚਿਹਰੇ ਤੋਂ ਬਹਾਰਾਂ ਪਤਾ ਨਹੀਂ ਕਿੱਧਰ ਪਰ ਲਾ ਕੇ ਉੱਡ ਗਈਆਂ ਸਨ ਦੇਸ਼ ਦੇ ਕੋਨੇ-ਕੋਨੇ 'ਚ ਫਸਰ ਰਹੇ ਚਾਨਣ ਬਾਰੇ ਦੱਸਣ ਵਾਲੇ ਦੀਆਂ ਆਪਣੀਆਂ ਉਦਾਸ ਅੱਖਾਂ ਦਾ ਚਾਨਣ ਗੁਆਚਦਾ ਜਾ ਰਿਹਾ ਸੀ ਤਿਆਂਤ ਉਸ ਕਵੀ ਨੇ 나ੜਾਂ ਵਿੱਚੋਂ ਸੁੱਕਦੇ ਜਾਂਦੇ ਲਹੂ ਦੀਆਂ ਚੀਕਾਂ ਚਿਹਰੇ ਦੀ ਕਾਲਕ 'ਚ ਸੜ ਰਹੀਆਂ ਬਹਾਰਾਂ ਦੇ ਤਰਲੇ ਅੱਖਾਂ 'ਚ ਉਦਾਸ ਹਨੇਰੇ ਦੀਆਂ ਵੰਗਾਰਾਂ ਸੁਣ ਲਈਆਂ ਸਨ ਤੇ ਉਸ ਰੇਡੀਓ ਲਈ ਕਵਿਤਾ ਲਿਖਣੀ ਬੰਦ ਕਰਤੀ ਸੀ ਇਹੋ ਜਿਹੇ ਸਭ ਕਵਿਤਾਵਾਂ ਉਸ ਸਾੜ ਦਿੱਤੀਆਂ ਸਨ ਤੇ ਹੁਣ ਉਹਦੀ ਕਵਿਤਾ ਦਾ ਰੁਖ ਬਦਲ ਗਿਆ ਸੀ ਜਦੋਂ ਕਵੀ ਦੋਸਤ ਦੇ ਘਰ ਕੋਲ ਪਹੁੰਚਿਆ ਤਾਂ ਘਰ ਦੇ ਕੋਲ ਲੋਕਾਂ ਦੀ ਭੀੜ ਵੇਖ ਕੇ ਉਹਦੇ ਮਨ 'ਚ ਜੀ ਵਿਚਾਰਾਂ ਦੀ ਭੀੜ ਇਕੱਠੀ ਹੋ ਗਈ ਸਾਹਮਣੇ ਲਾਲ ਪਗੜੀਆਂ ਵਾਲੇ ਸਿਪਾਹੀ ਵੇਖ ਕੇ ਉਹਦੇ ਦੰਦ ਜੁੜ ਗਏ ਪੁਲਿਸ ਘਰ ਦੀ ਤਲਾਸ਼ੀ ਲੈ ਰਹੀ ਸੀ ਕਵੀ ਦੀਆਂ ਪੁਸਤਕਾਂ ਤੇ ਕਾਗਜ਼ ਫਰੋਲੇ ਜਾ ਰਹੇ ਸੀ ਇੱਕ ਪਾਸੇ ਕਵੀ ਨੂੰ ਹੱਥ ਕੜੀ ਲਾਈ ਇੱਕ ਸਿਪਾਹੀ ਖੜੋਤਾ ਸੀ ਉਦੇ ਵੇਖਦੇ ਲੋਕਾਂ ਦੇ ਵੇਖਦੇ ਪੁਲਿਸ ਉਹਦੇ ਕਵੀ ਦੋਸਤ ਨੂੰ ਲੈ ਤੁਰੇ ਉਹ ਜਾਣਦਾ ਸੀ ਕਵੀ ਦਾ ਦੋਸ਼ ਕੀ ਹੈ ਕਵੀ ਦਾ ਦੋਸ਼ ਸੀ ਕਿ ਉਹ ਰੋਟੀ ਦੀਆਂ ਗੱਲਾਂ ਕਰਨ ਲੱਗ ਪਿਆ ਸੀ ਭੁੱਖਿਆਂ ਦੀਆਂ ਕਵਿਤਾਵਾਂ ਲਿਖਣ ਲੱਗ ਪਿਆ ਸੀ ਉਹਦਾ ਦੋਸ਼ ਸੀ ਕਿ ਉਹਨੇ ਪੀਲੇ ਝੁਰੜੇ ਸਰੀਰਾਂ 'ਚੋਂ ਲਹੂ ਪੀ ਜਾਣ ਵਾਲੇ ਡਾਕੂਆਂ ਵੱਲ ਉਂਗਲੀ ਨਹੀਂ ਸੀ ਕੀਤੀ ਬੰਦੂਕ ਕਰਨ ਲਈ ਵੀ ਕਿਹਾ ਸੀ ਤੇ ਹੱਕ ਤੇ ਬੰਦੂਕ ਦੀ ਗੱਲ ਉਫ ਆਜ਼ਾਦ ਸੁਖੀ ਵਾਸਤੇ ਦੇਸ਼ ਅੰਦਰ ਜਈ ਹੱਕ ਵਾਲੀ ਮੂਰਖਤਾ ਪੂਰਨ ਹਿੰਸਾਤਮਕ ਗੱਲ ਕੋਈ ਛੋਟਾ ਮੋਟਾ ਦੋਸ਼ ਸੀ ਉਹ ਦਿਲ ਤੇ ਪੱਥਰ ਧਰੀ ਆਪਣੇ ਕਵੀ ਦੋਸਤ ਉਤੇ ਲਾਏ ਗਏ ਦੋਸ਼ਾਂ ਬਾਰੇ ਸੋਚਦਾ ਵਾਪਸ ਕਰਨ ਨੂੰ ਮੁੜ ਪਿਆ ਹੱਕ ਦੀ ਗੱਲ ਰੋਟੀ ਦੀ ਗੱਲ ਉਹਦੇ ਕਵੀ ਦੋਸਤ ਦੀ ਗੱਲ ਹੱਕ ਦੀ ਗੱਲ ਰੋਟੀ ਦੀ ਗੱਲ ਤਾਂ ਠੀਕ ਤੇ ਬੰਦੂਕ ਦੀ ਗੱਲ ਤੇ ਉਹ ਸੋਚਦਾ ਗਿਆ ਨੀਵੀਆਂ ਨਜ਼ਰਾਂ ਕੀਤੀ ਸੋਚਦਾ ਗਿਆ ਤੇ ਜਦੋਂ ਉਹਨੇ ਨਜ਼ਰ ਉਠਾਈ ਉਹਦੇ ਸਾਹਮਣੇ ਜਾਣੇ ਪਛਾਣੇ ਚਿਹਰੇ ਖੜੇ ਸਨ ਉਸ ਵੇਖਿਆ ਇੱਕ ਉਹਨਾਂ ਦੇ ਹਲਕੇ ਦਾ ਮੈਂਬਰ ਸੀ ਜਿਹੜਾ ਵਿਧਾਨ ਸਭਾ 'ਚ ਉਹਨਾਂ ਦੇ ਹਿੱਤ ਦੀ ਰੱਖਿਆ ਕਰਨ ਲਈ ਚੁਣਿਆ ਗਿਆ ਸੀ ਚੋਣਾ ਸਮੇਂ ਉਹਦੇ ਗਲ ਹੋਰ ਦਲ ਦੀ ਵਰਦੀ ਸੀ ਹੁਣ ਹੋਰ ਦਲ ਦੀ ਪਰ ਦਲ ਬਦਲਣ ਨਾਲ ਕੀ ਫਰਕ ਪੈਂਦਾ ਹੈ ਦਿਲ ਤਾਂ ਉਹ ਹੈ ਨਾ ਵਿਧਾਨ ਸਭਾ ਦੇ ਮੈਂਬਰ ਦੇ ਨਾਲ ਉਸ ਧਾਰਮਿਕ ਵਿਦਿਅਕ ਸੰਸਥਾ ਦਾ ਪ੍ਰਧਾਨ ਸੀ ਜਿਸ ਨੂੰ ਆਪ ਅਧਿਆਪਕ ਦੇ ਤੌਰ ਤੇ ਪੜ੍ਹਾ ਰਿਹਾ ਸੀ ਜਿਸ ਪ੍ਰਧਾਨ ਨੇ ਪਹਿਲਾਂ ਉਹਨੂੰ ਵਾਲ ਕੱਟੇ ਹੋਣ ਕਰਕੇ ਨੌਕਰੀ ਨਹੀਂ ਸੀ ਦਿੱਤੀ ਪਰ ਇਸ ਵਿਧਾਨ ਸਭਾ ਦੇ ਮੈਂਬਰ ਦੀ ਸਿਫਾਰਿਸ਼ ਨਾਲ ਉਹਦਾ ਕੰਮ ਬਣ ਗਿਆ ਸੀ ਹੁਣ ਉਹ ਸੱਜਣ ਉਹਦੇ ਸਾਹਮਣੇ ਖੜੇ ਸਨ ਉਹ ਆਜ਼ਾਦੀ ਦਿਨ ਮਨਾਉਣ ਲਈ ਉਗਰਾਹੀ ਕਰ ਰਹੇ ਸਨ ਉਹਨਾਂ ਉਹਨੂੰ ਵੱਧ ਤੋਂ ਵੱਧ ਸਹਾਇਤਾ ਦੇਣ ਲਈ ਗਿਆ ਕਿਉਂਕਿ ਉਹ ਇਸ ਦਿਨ ਤੇ ਉਹਨਾਂ ਦੇ ਸ਼ਹਿਰ ਆ ਰਹੇ ਇੱਕ ਮਹਾਨ ਨੇਤਾ ਨੂੰ ਸ਼ਹਿਰੀਆਂ ਵੱਲੋਂ ਥੈਲੀ ਭੇਂਟ ਕਰ ਰਹੇ ਸਨ ਉਹਦਾ ਦਿਲ ਕੀਤਾ ਉਹਨਾਂ ਨਾਲ ਕਵੀ ਦੋਸਤ ਦੇ ਗ੍ਰਿਫਤਾਰ ਕੀਤੇ ਜਾਣ ਦੀ ਗੱਲ ਕਰੇ ਉਹਨਾਂ ਨੂੰ ਕਹੇ ਕਿ ਉਹ ਦੀ ਸਹਾਇਤਾ ਕਰਨ ਪਰ ਉਹ ਤਾਂ ਵੱਖੋ-ਵੱਖ ਤਰ੍ਹਾਂ ਤੇ ਖੜੇ ਸਨ ਜਦੋਂ ਉਹਨੇ ਵਿਦਿਅਕ ਸੰਸਥਾ ਦੇ ਪ੍ਰਧਾਨ ਵੱਲ ਤੱਕਿਆ ਤਾਂ ਉਹ ਲਾਲ ਗਹਿਰੀਆਂ ਅੱਖਾਂ ਚੋਂ ਵਿੰਦੇ ਆਂ ਕਣੀਆਂ ਮੁੱਛਾਂ ਚੋਂ ਖੰਗੂਰਿਆ ਕਰ-ਕਰ ਜੇਬ ਢਿੱਲੀ ਕੀ ਵੈਨਾ ਉਹਦੇ ਅੰਦਰੋਂ ਉੱਠਦੀਆਂ ਆਵਾਜ਼ਾਂ ਇੱਕ ਦੂਜੇ ਨੂੰ ਕਤਲ ਕਰਨ ਚ ਰੁੱਝ ਗਈਆਂ ਤੇ ਇੰਨੇ ਚਿਰ ਉਹਨੇ ਉਹਦੇ ਹੱਥ ਨੇ ਜੇਬ ਚੋਂ ਇੱਕੋ ਇੱਕ ਪੰਜਾਂ ਦਾ ਨੋਟ ਕੱਢ ਲਿਆ ਉਏ 1 ਰੁਪਿਆ ਦੇਣਾ ਚਾਹੁੰਦਾ ਸੀ ਪਰ ਰਸੀਦ ਬੁੱਕ ਵਾਲੇ ਨੇ 5 ਰੁਪਏ ਕੱਟ ਦਿੱਤੇ ਸਨ ਲੈ 5 ਕੋਈ ਬਹੁਤੇ ਨੇਤਾ ਜਨ ਪਰ ਲੜਾਈ ਗਲੇ ਨਾਲ ਹੱਸਿਆ ਤੇ ਗੁੱਗੜ ਤੇ ਹੱਥ ਫੇਰਦਾ ਅੱਗੇ ਤੁਰ ਪਿਆ ਤੇ ਉਹ ਸਾਰੇ ਉਹਨੂੰ ਉੱਥੇ ਜ਼ਮੀਨ ਵੱਲ ਵੇਖਦਾ ਛੱਡ ਕੇ ਤੁਰ ਗਏ ਲਤਾਂ ਘਸੀਟਦਾ ਉਹ ਘਰ ਪੁੱਜਾ ਪਤਨੀ ਰਸੋਈ 'ਚ ਸਬਜ਼ੀ ਚੀਰ ਰਹੀ ਸੀ ਉਹਦੇ ਵੱਲ ਨਹੀਂ ਤੱਕਿਆ ਸਿੱਧਾ ਅੰਦਰ ਲੰਘ ਗਿਆ ਪਤਨੀ ਵੀ ਉਹਦੇ ਪਿੱਛੇ-ਪਿੱਛੇ ਕਮਰੇ ਅੰਦਰ ਆ ਗਈ ਉਹ ਗੰਡੇ ਚੀਰਦੀ ਆਈ ਸੀ ਤੇ ਛੁਰੀ ਉਹਦੇ ਹੱਥ ਵਿੱਚ ਹੀ ਫੜੀ ਹੋਈ ਸੀ ਸੁਣਾਓ ਸਰ ਗਿਆ ਮੈਨੂੰ ਪਤਾ ਹੈ ਉਹ ਆਪਣਾ ਭਾਵੇਂ ਕਿੰਨਾ ਗਰੀਬ ਹੈ ਪਰ ਜਦੋਂ ਵੀ ਸਾਡਾ ਹੱਥ ਤੰਗ ਹੋਇਆ ਉਹਨੇ ਸਾਡੀ ਮਦਦ ਜ਼ਰੂਰ ਕੀਤੀ ਹੈ ਤੇ ਫਿਰ ਉਹ ਸੁੱਖ ਨਜ਼ਰਾਂ ਨਾਲ ਪਤੀ ਵੱਲ ਵੇਖਣ ਲੱਗ ਪਈ ਸਰਤਾ ਗਿਆ ਸੀ ਪਰ ਮੇਰੀ ਰਾਹ 'ਚ ਜੀਬ ਘੱਟੀ ਗਈ ਉਸ ਧਾ ਮਾਰਨ ਵਾਂਗ ਅੱਧਾ ਸੱਚ ਤੇ ਅੱਧਾ ਝੂਠ ਰਲਾ ਕੇ ਗਿਆ ਧੰਨਵਾਦ